ਤਰਨਤਾਰਨ ਪੁਲਿਸ ਵੱਲੋਂ 3 ਕਿੱਲੋ 166 ਗ੍ਰਾਮ ਹੈਰੋਇਨ ਸਮੇਤ ਅਤੇ 1 ਡਰੋਨ ਸਮੇਤ 1 ਨਸ਼ਾ ਤਸਕਰ ਕਾਬੂ। ਰਾਣਾ ਸਿੰਘ ਪੁੱਤਰ ਨਰਵੈਲ ਸਿੰਘ ਵਾਸੀ ਪਿੰਡ ਡੱਲ ਨੂੰ ਕੀਤਾ ਗ੍ਰਿਫਤਾਰ। ਅੱਗੇ ਤੁਸੀਂ ਵੀ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਅਤੇ ਕਿੱਥੋਂ ਇਹ ਹੈਰੋਇਨ ਬਰਾਮਦ ਹੋਈ ਅਤੇ ਡਰੋਨ ਅਤੇ ਕੌਣ ਕੌਣ ਵਿਅਕਤੀ ਸਨ ਇਸ ਵਿੱਚ ਸ਼ਾਮਲ। ਵਿਸ਼ੇਸ਼ ਰਿਪੋਰਟ ਦਾਰਾ ਡੱਲ, ਜਗਜੀਤ ਸਿੰਘ ਡੱਲ। ਇਹਦੇ 'ਚ ਇਨਫੋਰਮੇਸ਼ਨ ਸੀ ਜਿਹੜੀ ਕੁਛ ਡਿਪਟੀ ਜਿਹੜੀ ਆ ਵੱਧ ਗਈ ਹੈ ਬਾਹਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸਮੂਨ ਆ ਰਿਹਾ, ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫੋਰਮੇਸ਼ਨ ਸੀਗੀ ਕਿ ਵੱਡੇ ਡਰੋਨ ਰਾਹੀਂ ਕੁਛ ਜਿਹੜਾ ਡਰੱਗਸ ਅਤੇ ਕੋਈ ਵੈਪਨਸ ਆ ਸਕਦੇ ਆ। ਉਹਦੇ 'ਚ ਕਲਸੀਆਂ ਦੀ ਸੀਗੀ, ਬਟ ਜਦੋਂ ਰਾਤ ਨੂੰ DSP ਸਾਹਿਬ ਅਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ SHO ਸਾਹਿਬਾਨ ਦੀਆਂ ਬਾਹਰ ਸੀਗੀਆਂ ਏਰੀਏ 'ਚ, ਕੁਛ ਇਹਨਾਂ ਨੇ ਗਸ਼ਤ 'ਤੇ ਸੀਗੇ SHO ਜਿਹੜੇ ਖਾਲੜਾ ਸੀਗੇ ਡੱਲ ਪਿੰਡ ਦੇ, ਤਾਂ ਉੱਥੇ ਇਹਨਾਂ ਨੂੰ ਕੁਛ ਹਰਕਤ ਉੱਥੇ ਲੱਗੀ ਰਾਤੀ 11:30 ਵਜੇ ਦੇ ਕਰੀਬ। ਔਰ ਇਹ ਜਦੋਂ ਉੱਥੇ ਪਹੁੰਚਦੇ ਆ ਤਾਂ ਉੱਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ, ਤਾਂ ਜਿਨ੍ਹਾਂ 'ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ ਹੈਗਾ ਡੱਲ ਪਿੰਡ ਦਾ ਹੀ, ਇਹਨੂੰ ਜਿਹੜਾ ਕਾਬੂ ਕਰਕੇ ਪੁੱਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਬਾਹਰੋਂ ਇਹਨਾਂ ਨੂੰ ਲਾਈ ਸੀ, ਔਰ ਜਿਹੜੀ ਡਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ ਕੁਆਡ ਡਰੋਨ ਦੀ, ਔਰ ਡਰੇਨ ਹੋਣ ਨਾਲ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਟ ਜ਼ਿਆਦਾ ਸੀ ਤਾਂ ਇਹਨਾਂ ਨੂੰ ਜਦੋਂ ਉਹਨੂੰ ਲੁਕਾਉਣ 'ਚ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀ ਔਰ ਲਿਜਾਣ 'ਚ, ਤਾਂ ਇਹ ਉੱਥੇ ਵੇਟ ਕਰ ਰਹੇ ਸੀ ਤਾਂ ਇੰਨੇ ਨੂੰ ਜਿਹੜੀ ਪੁਲਿਸ ਪਾਰਟੀ ਪਹੁੰਚ ਜਾਂਦੀ ਹੈ, ਔਰ 3 ਕਿੱਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਅਤੇ ਇਹ ਡਰੋਨ ਜਿਹੜਾ ਇਹ ਰਿਕਵਰ ਹੁੰਦਾ ਇਹਨਾਂ ਤੋਂ। ਸਰ ਇਹਨੇ ਪਹਿਲਾਂ ਵੀ ਕੋਈ ਮੰਗਾਈਆਂ ਗਈਆਂ ਸਰ ਦੁਬਾਰੋਂ? ਇਹ ਹੁਣ ਹਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ, 2 ਬੰਦੇ ਹਜੇ ਭੱਜੇ ਵੀ ਹੈ, ਉਹਨਾਂ 'ਚੋਂ ਮੇਨ ਜਿਹੜਾ 3 ਹੈਗਾ ਉਹ ਭੱਜ ਗਿਆ, ਉਹ ਲਵ ਲਵ ਕਰਕੇ ਹੈਗਾ, ਉਹਨੂੰ ਕਰ ਰਹੇ ਨੇ, 3 ਜਾਣੇ ਨੋਮੀਨੇਟ ਹੋਏ ਆ, ਇੱਕ ਬਣਾ ਮੌਕੇ 'ਤੇ ਬੁਲਾਇਆ ਗਿਆ।